ጉጅራት ሲያለ ቀዳ ሲዮ ገና ሲጀላ ከስቲ ጅራላ ሲዮ ਤੇ ਉਲਿਸ਼ਾ ਦੀ ਹੋਈ ਔਲਾਦ ਨਾ ਹੋਈ ਕਾਫੀ ਵਰਿਆਂ ਤੋਂ ਬਾਅਦ ਅੱਲਾਹ ਤਾਲਾ ਨੇ ਉਹ ਪੁੱਤਰ ਅਦਾ ਕੀਤਾ ਉਸ ਪੁੱਤਰ ਦਾ ਨਾਂ ਰੱਖਿਆ ਛੱਲਾ ਜਿਹੜੇ ਉਹਦਾ ਬੇਟਾ 13-14 ਸਾਲ ਦਾ ਹੋ ਗਿਆ 15 ਸਾਲ ਦਾ ਕਹਿ ਸਕਦੇ ਹੋ ਹੋ ਗਿਆ ਤੇ ਇੱਕ ਦਿਨ ਉਸ ਜੱਲੇ ਨੂੰ ਸਵਾਰੀਆਂ ਅੱਗੇ ਕਹਿਣ ਲੱਗੀਆਂ ਕਿ ਤੂੰ ਸਾਨੂੰ ਸਮੁੰਦਰ ਤੋਂ ਦਰਿਆ ਤੋਂ ਪਾਰ ਛੱਡਾ ਅਸੀਂ ਜਾ ਰਹੇ ਉਹ ਜੱਲਾ ਕਹਿਣ ਲੱਗਾ ਕਿ ਮੇਰੀ ਤਬੀਅਤ ਰਸਾਜ ਹੈ ਮੈਂ ਨਹੀਂ ਆ ਜਾ ਸਕਦਾ ਲਿਹਾਜ਼ਾ ਤੁਸੀਂ ਆਪਣਾ ਕੋਈ ਹੋਰ ਇੰਤਜ਼ਾਮ ਕਰ ਲਓ ਉਹਦਾ ਪੁੱਤਰ ਸੁਣਦਾ ਸੀ ਸ਼ਹਿਰ ਨੇ ਕਿਹਾ ਕਿ ਜਿਹੜੀ ਖੂਹ ਦੀ ਮਿੱਟੀ ਹੈ ਖੂਹ ਨੂੰ ਲੱਗਦੀ ਹੈ ਉਹਦਾ ਬੇਟਾ ਸੁਣਦਾ ਸੀ ਉਹ ਵਾਲਦ ਸਾਹਿਬ ਨੂੰ ਕਹਿਣ ਲੱਗਾ ਕਿ ਬਾਬਾ ਅੱਜ ਤੁਸੀਂ ਨਹੀਂ ਜਾ ਸਕਦੇ ਲੇਕਿਨ ਤੁਹਾਡੀ ਜਗ੍ਹਾ ਬਹਿ ਜਾਵਾਂਗਾ ਤਾਰੀਫ ਦੱਸਦੀ ਹੈ ਕਿ ਸਮੁੰਦਰ ਦੇ ਦੂਸਰੇ ਕਿਨਾਰੇ ਤੇ ਕਸ਼ਤੀ ਲੈ ਕੇ ਗਿਆ ਲੇਕਿਨ ਅੱਜ ਤੱਕ ਵਾਪਸ ਨਾ ਆਇਆ ਮਾਂ ਉਹਦੀ ਬਚਪਨ ਫੌਤ ਹੋ ਗਈ ਸੀ ਜਿਹੜੀ ਛੱਲੇ ਦੀ ਮਾਂ ਸੀ ਜੱਲੇ ਦੀ ਬੀਵੀ ਸੀ ਉਹਦਾ ਇੱਕੋ ਪੁੱਤਰ ਸੀ ਔਲਾਦ ਆ ਇਨਸਾਨੋ ਪਿਆਰੀ ਹੈ ਭਾਵੇਂ 8 ਹੋਰ ਭਾਵੇਂ 10 ਹੋਰ ਲੇਕਿਨ ਉਹਦਾ ਇੱਕੋ ਸੀ ਤੇ ਉਹ ਬੰਦਾ ਰੋ ਰੋ ਕੇ ਪਾਗਲ ਹੋ ਗਿਆ ਉਹਦਾ ਇੰਤਜ਼ਾਰ ਕਰਦਾ ਗਿਆ ਉਹਦੇ ਤੇ ਲਿਖਿਆ ਗਿਆ ਛੱਲਾ ਉਹ ਛੱਲਾ ਮੁੰਡ ਕੇ
请在这边的家人保持住，下次再见，下次。